ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਦੇ SYL ਮੁੱਦੇ ਤੇ ਚੁੱਕੇ ਕਦਮ ਦੇ ਵਿੱਚ ਨਾਲ ਚੱਲਣ ਦੀ ਗੱਲ ਆਖੀ ਹੈ। ਮੈਂ ਤਾਂ ਹੁਣੀ ਕਹਿ ਕੇ ਹਟਿਆ ਕਿ ਮੈਂ ਉਹਦੇ ਹੱਕ 'ਚ ਹਾਂ, ਐਨੀਥਿੰਗ ਜਿਹਦੇ ਨਾਲ ਪੰਜਾਬ ਦਾ ਪਾਣੀ ਬਚ ਸਕਦਾ ਮੈਂ ਉਹਦੇ ਹੱਕ 'ਚ, ਕਿ ਜਿਹੜਾ ਇਹ ਬਿੱਲ ਲਿਆਉਣਾ ਚਾਹੁੰਦੇ ਨੇ ਇਹ ਸਾਡੇ ਚੰਨੀ ਜੀ ਸਾਡੇ ਲੀਡਰ ਸਾਹਿਬ ਨੇ ਪ੍ਰੈਜੈਂਟ ਕੀਤਾ ਸੀ, ਉਦੋਂ ਰਿਜੈਕਟ ਕਰਤਾ, ਹੁਣ ਇਹਨਾਂ ਨੇ ਅਪਣਾ ਲਿਆ। ਇੱਥੇ ਸਹਿਜਧਾਰੀ ਸਿੱਖ ਵੋਟ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਨੇ ਆਪਣੇ ਬਿਆਨ ਦੇ ਵਿੱਚ ਅਕਾਲੀ ਦਲ ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਏ ਨੇ। That is very unfortunate, because ਸਹਿਜਦਾਰੀ ਜਾਂ ਪਤਿਤ ਸਿੱਖ ਉਹ ਸਾਰੇ ਹੀ ਸਿੱਖ ਪਰਿਵਾਰਾਂ ਦੇ ਵਿੱਚ ਜੰਮੇ ਨੇ, ਐਂਡ ਇਹ ਜਿਹੜਾ ਕਰਵਾਇਆ ਅਕਾਲੀਆਂ ਨੇ ਸਿਰਫ ਆਪਣੇ ਵਾਸਤੇ ਕਿ ਸਿਰਫ ਅੰਮ੍ਰਿਤਧਾਰੀ ਇੱਥੇ ਵੋਟ ਪਾਉਣ, ਬਿਲਕੁਲ ਗਲਤ ਬਾਤ ਹੈ। ਜੋ ਸਿੱਖ ਪਰਿਵਾਰ ਦੇ ਵਿੱਚ ਜੰਮਿਆ, ਆਪਣੇ ਸਿੱਖ ਪੇਰੈਂਟਸ ਨੂੰ ਜੰਮਿਆ, ਹੀ ਇਜ਼ ਅ ਸਿੱਖ ਐਜ਼ ਫਾਰ ਐਜ਼ ਆਈ ਐਮ ਕੰਸਰਨਡ, ਔਰ ਇਹ ਸਿਆਸਤ ਖੇਡ ਰਹੇ ਨੇ। ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ ਵਾਲਾ ਅਤੇ ਦਸਾਂ ਗੁਰੂਆਂ 'ਚ ਵਿਸ਼ਵਾਸ ਰੱਖਣ ਵਾਲਾ ਜਿਹੜਾ ਵੀ ਸਿੱਖ ਹੈ ਅਤੇ ਜਿਸ ਰੂਪ ਦੇ ਵਿੱਚ ਵੀ ਉਹ ਹੈ, ਉਹ ਪੂਰਾ ਸਿੱਖ ਹੈ। ਉਹਦੇ ਉੱਤੇ ਇਸ ਕਿਸਮ ਦੀਆਂ ਪਾਬੰਦੀਆਂ ਲਗਾਉਣੀਆਂ, ਮੈਂ ਸਮਝਦਾ ਸਾਡੇ ਧਰਮ ਵਾਸਤੇ ਇਹ ਕੋਈ ਬਹੁਤੀਆਂ ਚੰਗੀਆਂ ਨਹੀਂ ਨੇ। ਅਕਾਲੀ ਦਲ ਨੂੰ ਵੀ ਮੈਂ ਕਹਿਣਾ ਚਾਹਾਂਗਾ, ਅਪੀਲ ਕਰਨਾ ਚਾਹਾਂਗਾ, ਵਿਸ਼ੇਸ਼ ਤੌਰ ਜਥੇਦਾਰ ਅਕਾਲ ਸਿੱਖ ਸਾਹਿਬ ਨੂੰ ਵੀ ਅਤੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ, ਕਿ ਬਾਦਲ ਸਾਹਿਬ ਹਰ ਚੀਜ਼ ਨੂੰ ਸਿਆਸੀ ਨਜ਼ਰ ਨਾਲ ਨਾ ਵੇਖੋ, ਆਪਣੀ ਕਮਿਊਨਿਟੀ ਨੂੰ ਇਹ ਜਿਹੜੀ ਹੈ ਇਹਨੂੰ ਸੁੰਗੜਾਓ ਨਾ, ਇਹਨੂੰ ਫੈਲਾਉਣ ਦੇ ਵਿੱਚ, ਇਹਨੂੰ ਵਧਾਉਣ ਦੇ ਵਿੱਚ ਆਪਾਂ ਰੋਲ ਅਦਾ ਕਰੀਏ। ਜੇ ਇਸ ਕਿਸਮ ਦੀਆਂ ਬੰਦਿਸ਼ਾਂ ਲਾਵਾਂਗੇ ਤਾਂ ਲੋਕ ਆਹਿਸਤਾ ਆਹਿਸਤਾ ਆਪਣੇ ਨਾਲ ਟੁੱਟਦੇ ਜਾਣਗੇ ਅਤੇ ਆਪਣਾ ਨੰਬਰ ਘੱਟਦਾ ਜਾਏਗਾ। ਤੋ ਇਸ ਗੱਲ ਕਰ ਮੈਂ ਸਮਝਦਾ ਸਹਿਜਦਾਰੀ ਸਿੱਖਾਂ ਦਾ ਵੀ ਪੂਰਨ ਹੱਕ ਬਣਦਾ। ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕਰਨ ਵਾਲੇ ਨੇ, ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ, ਬਹੁਤ ਸਾਰੇ ਇਹੋ ਜਿਹੇ ਸਾਡੇ ਵੀਰ ਨੇ। ਤੁਹਾਨੂੰ ਪਤਾ ਸਿੰਧੀ ਪਰਿਵਾਰ ਨੇ ਜਿਹੜੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ ਵਾਲੇ ਨੇ, ਉਹਨਾਂ ਨੂੰ ਵੀ ਜੇ ਹੱਕ ਵੇਖੋ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਹੈ ਇਟ ਇਜ਼ ਦੀ ਪਾਰਲੀਮੈਂਟ ਆਫ ਦੀ ਸਿੱਖਸ, ਸਿੱਖਾਂ ਦੀ ਬਿਹਤਰੀ ਵਾਸਤੇ, ਗੁਰੂ ਧਾਮਾਂ ਦੀ ਬਿਹਤਰੀ ਵਾਸਤੇ, ਆਪਣੀ ਰਿਲੀਜਨ ਦੀ ਪ੍ਰੋਪਗੇਸ਼ਨ ਵਾਸਤੇ। ਜੇ ਕੋਈ ਆਦਮੀ ਕੰਟਰੀਬਿਊਟ ਕਰ ਸਕਦਾ, ਉਹਦੀ ਕੰਟਰੀਬਿਊਸ਼ਨ ਨੂੰ ਇਸ ਗੱਲ ਕਾਰਨ ਰੋਕੀਏ, ਛੋਟੀਆਂ ਛੋਟੀਆਂ ਪਾਬੰਦੀਆਂ ਲਾ ਕੇ, ਤਾਂ ਮੈਂ ਸਮਝਣਾ ਠੀਕ ਨਹੀਂ।